पर जिदन ਤੁਹਾਡਾ ਬਾਪ ਤੁਹਾਡੇ ਤੋਂ ਖੁਸ਼ ਹੋ ਗਿਆ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ। ਬਿਲਕੁਲ, ਮੈਂ ਮੇਰੀ ਡ੍ਰੀਮ ਸੀਗਾ ਨਾ। ਇਹੀ ਚੱਲ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਿਨੇਮਾ ਚੇਂਜ ਹੋਊਗਾ ਔਰ ਵਧੀਆ ਵਧੀਆ ਜਿਹੜੇ ਐਕਟਰ ਹੈਗੇ ਉਹਨਾਂ ਨੂੰ ਮੌਕਾ ਮਿਲੂਗਾ। ਤੇ ਕ੍ਰਿਮੀਨਲ ਦੇ ਸਪੈਸ਼ਲ ਸ਼ੋਅ ਤੇ ਪਹੁੰਚੇ ਹੋਏ ਆ ਤੇ ਇਸ ਵਕਤ ਸਾਡੇ ਨਾਲ ਕ੍ਰਿਮੀਨਲ ਵੀ ਆ ਤੇ ਕ੍ਰਿਮੀਨਲ ਨੂੰ ਰਾਹ ਪਾਉਣ ਵਾਲੇ ਬੰਦੇ ਵੀ ਸਾਡੇ ਨਾਲ ਆ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਵਧੀਆ ਭਾਜੀ, ਵਧੀਆ ਵਧੀਆ। ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਸਾਰੀ ਟੀਮ ਨੂੰ। ਸਿਡਨੀ ਤੋਂ ਬਹੁਤ ਸੋਹਣੇ ਰਿਵਿਊ ਆਏ। ਹਾਂ, ਬਹੁਤ ਸੋਹਣੇ ਆ ਰਿਹਾ ਰਿਵਿਊ ਸਾਡੇ ਕੋਲ ਪਹੁੰਚ ਗਈ ਸੀ ਖਬਰ, ਪਰ ਮਜ਼ਾ ਆ ਰਿਹਾ, ਆਨੰਦ ਆ ਰਿਹਾ। ਸਪੈਸ਼ਲ ਸ਼ੋਅ ਤੇ ਆਉਣ ਲਈ ਪਹਿਲਾਂ ਕੱਪੜੇ ਡਿਸਾਈਡ ਕਰਨ ਨੂੰ ਕਿੰਨਾ ਚਿਰ ਲੱਗਾ ਵੀ ਆਹ ਪਾ ਕੇ ਆਉਣਾ, ਆਹ ਛੱਡ ਕੇ ਆਉਣਾ? 4-5 ਘੰਟੇ ਤਾਂ ਲੱਗੇ। ਹਾਂ, ਤੇ ਫਾਈਨਲ ਓਕੇ ਕਿਹਦੇ ਕੋਲੋਂ ਕਰਾਇਆ? ਆਪੇ ਕਰਿਆ ਜੀ, ਆਪੇ ਕਰਿਆ। ਦੇਖ ਲਓ, ਮਤਲਬ ਇਹ ਲੱਗ ਰਿਹਾ ਵੀ ਕਾਫੀ ਲੋਕਾਂ ਨੂੰ ਅੱਛਾ ਰਿਸਪੌਂਸ ਆ, ਤਾਂ ਹੀ ਇਹਦੇ ਹਫੜਾ ਦਫੜੀ ਮੱਚੀ ਪਈ ਆ। ਤੇ ਹੁਣ ਦਿਲੋ ਦਿਮਾਗ 'ਚ ਕੀ ਚੱਲ ਰਿਹਾ ਪਹਿਲਾਂ ਤੁਸੀਂ ਦੱਸੋ? ਦਿਲੋ ਦਿਮਾਗ 'ਚ ਇਹੀ ਚੱਲ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਿਨੇਮਾ ਚੇਂਜ ਹੋਊਗਾ ਔਰ ਵਧੀਆ ਵਧੀਆ ਜਿਹੜੇ ਐਕਟਰ ਹੈਗੇ ਉਹਨਾਂ ਨੂੰ ਮੌਕਾ ਮਿਲੂਗਾ। ਇਹ ਬਹੁਤ ਅੱਛਾ ਐਕਟਰ ਸੀਗਾ, ਇਹਦੇ 'ਚ ਬਹੁਤ ਵਧੀਆ ਮੌਕਾ ਮਿਲਿਆ ਬਾਈ ਨੂੰ, ਹੈ ਨਾ? ਉੱਦਾਂ ਵੀ ਬਹੁਤ ਵਧੀਆ ਕੰਮ ਕੀਤੇ ਹੋਏ ਆ ਔਰ ਇਹ ਤਾਂ ਬਾਪੂ ਬੜਾ ਖੁਸ਼ ਹੈ। ਮੈਂ ਇੰਟਰਵਿਊ ਦੇਖੀ ਸੀ, ਹਾਂ, ਬਾਪੂ ਮੰਨ ਗਿਆ। ਗੱਲ ਸੱਚੀ ਗੱਲ ਮੈਂ ਕਹਿੰਦਾ ਵੀ ਤੁਸੀਂ ਕੁਛ ਵੀ ਕਰ ਲਓ ਜ਼ਿੰਦਗੀ ਦੇ ਵਿੱਚ, ਪਰ ਜਿੱਦਣ ਤੁਹਾਡਾ ਬਾਪ ਤੁਹਾਡੇ ਤੋਂ ਖੁਸ਼ ਹੋ ਗਿਆ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ। ਬਿਲਕੁਲ, ਮੇਰੀ ਡ੍ਰੀਮ ਸੀਗਾ ਨਾ ਕਿ ਆਪਦੇ ਪੇਰੈਂਟਸ ਨਾਲ ਗੱਲ ਕਰਾਂ ਤਾਂ ਪ੍ਰਾਊਡ ਮਹਿਸੂਸ ਹੋਵੇ। ਉਹਨਾਂ ਨੇ ਸਪੋਰਟ ਵੀ ਬਹੁਤ ਕਰੀ ਹੈ ਮੈਨੂੰ ਇਸ ਫੀਲਡ ਵਾਸਤੇ, ਆਮ ਪੇਰੈਂਟਸ ਨਹੀਂ ਕਰਦੇ, ਪਰ ਉਹੀ ਚੀਜ਼ ਸੀਗੀ, ਉਹ ਖੁਸ਼ ਹੋਏ ਤਾਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ। ਜ਼ਿਆਦਾ ਵਕਤ ਨਹੀਂ ਅੰਦਰ ਸ਼ੋਅ ਸਟਾਰਟ ਹੋਣ ਵਾਲਾ, ਆਪਾਂ ਸ਼ੋਅ ਫੈਲਾ ਅਸੀਂ ਨਹੀਂ ਨਾ ਮਿਸ ਕਰਨੀ, ਤੁਸੀਂ ਤਾਂ ਦੇਖ ਲਈ ਉਹ ਸੱਚ, ਬਾਅਦ 'ਚ ਗੱਲ ਕਰਾਂਗੇ ਆਪਾਂ। ਇਹ ਤਾਂ ਪਹਿਲਾਂ ਦੇਖਣੀ ਹੈ ਨਾ, ਮੁੜ ਕੇ ਕਹਿਣਾ ਉਹ ਕਿੱਦਾਂ ਹੋ ਗਿਆ ਸੀ। ਹਾਂ, ਮੂਵੀ ਦੇਖਦੇ ਆ, ਮੂਵੀ ਦੇਖਦੇ, ਪੱਕਾ ਰਿਵਿਊ ਕਰਿਓ ਤੁਸੀਂ। ਪੱਕਾ ਜੈਨੂਇਨ ਰਿਵਿਊ ਹੋਗਾ ਬਾਈ ਫਿਲਮ ਦੇਖਣ ਤੋਂ ਬਾਅਦ। ਹੁਣ ਤਾਂ ਥੋੜਾ ਫਿਲਮ ਦੇਖਣ ਤੋਂ ਬਾਅਦ ਆਪਾਂ ਨੂੰ ਛੱਡਣਾ ਨਹੀਂ, ਇਹ ਛੱਡਾਂਗੇ ਨਾ। ਠੀਕ ਹੈ ਬਾਈ, ਥੈਂਕ ਯੂ ਸੋ ਮੱਚ, ਆਪਾਂ ਵੀ ਮੂਵੀ ਇੰਜੋਏ ਕਰਦੇ ਆ, ਆ ਜਾਓ ਚੱਲੀਏ।